ਲਓ ਸੱਜਣੋ ਤੇ ਮਿੱਤਰੋ, ਫੈਸਲਾਬਾਦ ਦੇ ਵਿੱਚ ਬੜਾ ਅਫਸੋਸਨਾਕ ਵਾਕਿਆ ਪੇਸ਼ ਆ ਗਿਆ ਹੈ ਕਿ 8 ਸਾਲ ਦਾ ਮਾਸੂਮ ਬੱਚਾ ਉਹਦੇ ਨਾਲ ਜ਼ਿਆਦਤੀ ਕਰਨ ਤੋਂ ਬਾਅਦ ਜਨਾਬ ਉਹਨੂੰ ਕਤਲ ਕਰ ਦਿੱਤਾ ਗਿਆ ਹੈ। ਵਾਕਿਆ ਕੁਝ ਇਸ ਤਰ੍ਹਾਂ ਪੇਸ਼ ਆਉਂਦਾ ਹੈ, ਥਾਣਾ ਨਿਸ਼ਤਾਬਾਦ ਦੇ ਇਲਾਕੇ ਦੇ ਵਿੱਚ ਇੱਕ ਬੱਚਾ ਜਿਹੜਾ ਕਿ ਆਪਣਾ ਘਰੋਂ ਬਾਹਰ ਖੇਲ ਖੁੱਲ ਰਿਹਾ ਸੀਗਾ, ਔਰ ਮੁਹੱਲੇ ਦਾ ਹੀ ਇੱਕ ਬੰਦਾ ਜਿਹਨੇ ਉਸ ਬੱਚੇ ਨੂੰ ਆਪਣੇ ਘਰ ਲਿਜਾ ਕੇ ਉਹਦੇ ਨਾਲ ਜ਼ਿਆਦਤੀ ਕੀਤੀ। ਜ਼ਿਆਦਤੀ ਕਰਨ ਤੋਂ ਬਾਅਦ ਉਹਨੂੰ ਜਨਾਬ ਮਾਰ ਦਿੱਤਾ ਗਿਆ। ਮਾਰ ਕੇ ਉਹਨੇ ਕੀ ਕੀਤਾ, ਮਾਰ ਕੇ ਉਹਨੇ ਜਿਹੜੀ ਲਾਸ਼ ਆ ਉਹਨੂੰ ਲੈ ਗਿਆ, ਫਸਲਾਂ ਦੇ ਵਿੱਚ ਜਾ ਕੇ ਸਿੱਟ ਦਿੱਤਾ। ਬੜੇ ਦੁੱਖ ਔਰ ਅਫਸੋਸ ਦੀ ਇਹ ਗੱਲ ਆ ਕਿ ਸਾਡਾ ਮਾਸ਼ਾ ਕਿਹੜੇ ਪਾਸੇ ਤੁਰ ਪਿਆ ਵਾ। ਛੋਟੀ ਬੱਚੀਆਂ ਨਾਲ ਜ਼ਿਆਦਤੀ ਹੋ ਰਹੀ ਆ, ਮਾਸੂਮ ਬੱਚੀਆਂ ਨਾਲ ਜ਼ਿਆਦਤੀ ਹੋ ਰਹੀ ਆ, 18 ਸਾਲ ਦੀਆਂ ਬੱਚੀਆਂ ਨਾਲ ਜ਼ਿਆਦਤੀ ਹੋ ਰਹੀ। ਕੱਲ੍ਹ ਜਿੱਦਾਂ ਕਿ ਇੱਕ ਪੀਰ ਸਾਹਿਬ ਸੀ ਜਿਹਨੇ ਇੱਕ ਜ਼ਿਹਨੀ ਮਜ਼ਦੂਰ ਬੱਚੀ 18 ਸਾਲ ਦੀ ਸੀ ਉਹਦੇ ਨਾਲ ਜ਼ਿਆਦਤੀ ਕੀਤੀ ਔਰ ਉਹਦੀ ਵੀਡੀਓ ਵੀ ਬਣਾਈ। ਫੈਸਲਾਬਾਦ ਦੇ ਵਿੱਚ ਆਏ ਰੋਜ਼ ਇਸ ਤਰ੍ਹਾਂ ਦੇ ਵਾਕਿਆ ਪੇਸ਼ ਆ ਰਹੇ ਨੇ ਕਿ ਇੱਕ ਵਾਰੀ ਬੰਦਾ ਸੁਣਦਾ ਹੈ ਅਤੇ ਰੂਹ ਕੰਬ ਜਾਂਦੀ ਹੈ ਕਿ ਕਿੱਦਾਂ ਕਿੱਦਾਂ ਦੇ ਵਾਕਿਆ ਪੇਸ਼ ਆ ਰਹੇ ਨੇ। ਉਸ ਮੁਲਜ਼ਮ ਨੂੰ ਪੁਲਿਸ ਨੇ ਤਾਂ ਫੜ ਲਿਆ ਜਿਹਨੇ ਬੱਚੇ ਨਾਲ ਜ਼ਿਆਦਤੀ ਕਰਕੇ ਉਹਨੂੰ ਕਤਲ ਕਰ ਦਿੱਤਾ। ਪੁਲਿਸ ਨੇ ਉਹਨੂੰ ਫੜ ਲਿਆ, ਉਹਦੇ ਖਿਲਾਫ਼ ਜਿਹੜੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ। ਲੇਕਿਨ ਅਫਸੋਸ ਦੀ ਗੱਲ ਆ ਕਿ ਇਸ ਤਰ੍ਹਾਂ ਦੇ ਵਾਕਿਆਤ ਫੈਸਲਾਬਾਦ ਦੇ ਵਿੱਚ ਆਏ ਰੋਜ਼ ਹੁੰਦੇ ਜਾ ਰਹੇ ਨੇ, ਕੋਈ ਰੁਕ ਨਹੀਂ ਰਿਹਾ। ਇਹੋ ਜਿਹੇ ਜਿਹੜੇ ਮੁਲਜ਼ਮ ਹੁੰਦੇ ਆ ਉਹਨਾਂ ਨੂੰ ਇਬਰਤਨਾਕ ਸਜ਼ਾ ਦੇਣੀ ਚਾਹੀਦੀ ਆ, ਤਾਂ ਕਿ ਜਿਹੜੇ ਦੂਸਰਾ ਕੋਈ ਬੰਦਾ ਵੀ ਇਹੋ ਜਿਹੀ ਗੱਲ ਸੋਚੇ, ਸੋਚਣ ਤੋਂ ਪਹਿਲੇ ਉਹਨੂੰ ਉਹ ਪਤਾ ਹੋਵੇ ਕਿ ਯਾਰ ਉਸ ਬੰਦੇ ਨੂੰ ਆਹ ਸਜ਼ਾ ਮਿਲੀ ਸੀ ਔਰ ਮੈਨੂੰ ਵੀ ਇਹ ਸਜ਼ਾ ਮਿਲ ਸਕਦੀ ਆ। ਅਤੇ ਫੈਸਲਾਬਾਦ ਦੇ ਵਿੱਚ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਮਾਸੂਮ ਜਾਨ ਜਿਹੜੀ ਚਲੀ ਗਈ ਉਹਦਾ ਕੌਣ ਜ਼ਿੰਮੇਦਾਰ ਹੋਏ।